2 ਕੁ ਦਿਨ ਪਹਿਲਾਂ ਅਸੀਂ ਐਲਾਨ ਕੀਤਾ ਸੀ ਕਿ ਪੂਰੇ ਆਪਣੇ ਪੰਜਾਬ ਦੇ ਵਿੱਚ ਇੱਕ ਲੋਕਡਾਊਨ ਰਹੇਗਾ, ਔਰ ਕੁਛ ਅਸੀਂ ਫਸੂਲਤਾਂ ਆਪਣੇ ਲੋਕਾਂ ਵਾਸਤੇ ਅਨਾਊਂਸ ਕੀਤੀਆਂ ਸੀ ਕਿ ਤੁਸੀਂ ਫਲਾਣੀ ਚੀਜ਼ ਕਰ ਸਕਦੇ ਹੋ ਜਾਂ ਕੁਛ ਖਰੀਦਣਾ ਚਾਹੋ ਜਾਂ ਬਾਜ਼ਾਰ ਜਾਣਾ ਚਾਹੋ ਕਰੋ। ਲੇਕਿਨ ਅੱਜ ਸਵੇਰੇ ਦੀ ਖਬਰ ਜੋ ਆ ਰਹੀ ਹੈ ਕਿ ਲੋਕ ਐਸੇ ਹੀ ਪੰਜਾਬ ਚੱਲ ਰਿਹਾ ਜੈਸੇ ਪਹਿਲਾਂ ਚੱਲ ਰਿਹਾ ਸੀ, ਲੋਕ ਜਿਹੜੀ ਲੋਕਡਾਊਨ ਨੂੰ ਕੁਛ ਸਮਝਦੇ ਨਹੀਂ, ਬਾਹਰ ਆ ਰਹੇ ਨੇ ਔਰ ਜੋ ਚੀਜ਼ਾਂ ਅਸੀਂ ਇਜਾਜ਼ਤ ਦਿੱਤੀ ਹੈ ਉਸ ਤੋਂ ਇਲਾਵਾ ਬਹਿ ਕੇ ਗੱਲਾਂ ਕਰਦੇ ਨੇ ਜਾਂ ਐਸੇ ਹੀ ਘੁੰਮ ਰਹੇ ਨੇ ਜੈਸੇ ਮੁਹੱਲਿਆਂ ਦੇ ਵਿੱਚ ਜਾਂ ਆਪਣੇ ਮੰਡੀਆਂ ਦੇ ਵਿੱਚ, ਇਹ ਨਹੀਂ ਹੋਣੀ ਚਾਹੀਦੀ। ਇਹਦੇ ਨਾਲ ਤਾਂ ਹਾਲਾਤ ਸਾਡੇ ਹੋਰ ਵਿਗੜਨਗੇ। ਤੁਹਾਨੂੰ ਪਤਾ ਹੈ ਪੂਰੇ ਦੁਨੀਆ ਦੇ ਵਿੱਚ ਕਿਸ ਕਿਸਮ ਦੇ ਹਾਲਾਤ ਬਣੇ ਹੋਏ ਨੇ। ਚੀਨ ਦੀ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮਰ ਗਏ, ਯੂਰਪ 'ਚ ਮਰ ਰਹੇ ਨੇ ਰੋਜ਼, ਅੱਜ 700 ਤਾਂ ਇਟਲੀ 'ਚ ਹੀ ਮਰੇ ਨੇ। ਇਸ ਕਿਸਮ ਦੀ ਚੀਜ਼ ਅਸੀਂ ਪੰਜਾਬ 'ਚ ਨਹੀਂ ਚਾਹੁੰਦੇ। ਇਸ ਕਰਕੇ ਮੈਂ ਅੱਜ ਫੈਸਲਾ ਕੀਤਾ ਹੈ ਕਿ ਇਸ ਲੋਕਡਾਊਨ ਨੂੰ ਸਫਲ ਕਰਨ ਲਈ ਸਾਨੂੰ ਕਰਫਿਊ ਰੱਖਣਾ ਪਊ। ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਲੋਕਾਂ ਨੂੰ ਬਾਹਰ ਨਹੀਂ ਇਜਾਜ਼ਤ ਦੇਣੀ ਆਉਣ ਦੀ ਔਰ ਘੁੰਮਣ ਦੀ। ਅਗਰ ਕਿਸੇ ਨੂੰ ਜਾਣਾ ਹੋਏ ਕਿਸੇ ਕਾਰਨ ਤਾਂ ਤੁਸੀਂ ਡਿਪਟੀ ਕਮਿਸ਼ਨਰ ਨੂੰ ਆਪਣੇ ਨੂੰ ਕੋਂਟੈਕਟ ਕਰੋ। ਉਹ ਹਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਇੱਕ ਨੰਬਰ ਦੇਣਗੇ, ਉਸ ਨੰਬਰ 'ਤੇ ਤੁਸੀਂ ਗੱਲ ਕਰੋ, ਉਹਨਾਂ ਨੂੰ ਦੱਸੋ ਤੁਸੀਂ ਕਿੱਥੇ ਜਾਣਾ, ਤੁਹਾਨੂੰ ਇਜਾਜ਼ਤ ਮਿਲੇਗੀ। ਇਸ ਦੌਰਾਨ ਜਿਹੜੇ ਗਰੀਬ ਨੇ ਪੰਜਾਬ ਦੇ ਉਹਨਾਂ ਵਾਸਤੇ ਅਸੀਂ ਕੁਛ ਕਦਮ ਚੱਕੇ ਨੇ। ਬੁਢਾਪਾ ਪੈਨਸ਼ਨਾਂ ਅਸੀਂ 2 ਮਹੀਨੇ ਦੀ ਚੋਟ ਦੇ ਚੁੱਕੇ ਹਾਂ ਔਰ 3ਜੇ ਮਹੀਨੇ ਦੀ 1 ਅਪ੍ਰੈਲ ਨੂੰ ਤੁਹਾਡੇ ਬੈਂਕ ਅਕਾਊਂਟ 'ਚ ਜਮ੍ਹਾਂ ਹੋ ਜਾਣਗੇ ਤਾਂ ਕਿ ਤੁਹਾਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਏ। ਅਸੀਂ ਜਿਹੜੇ ਸਾਡੇ ਰਜਿਸਟਰਡ ਕੰਸਟਰਕਸ਼ਨ ਵਰਕਰ ਨੇ ਉਹਨਾਂ ਨੂੰ ਅਸੀਂ 3,000 ਰੁਪਏ ਹੁਣ ਦੇ ਰਹੇ ਹਾਂ, 3,000 ਰੁਪਏ 1 ਅਪ੍ਰੈਲ ਨੂੰ ਅਸੀਂ ਦੇਵਾਂਗੇ ਤਾਂ ਕਿ ਤੁਸੀਂ ਆਪਣਾ ਵੀ ਗੁਜ਼ਾਰਾ ਕਰ ਲਓ, ਕਿਉਂਕਿ ਕੰਸਟਰਕਸ਼ਨ ਇੰਡਸਟਰੀ ਬੰਦ ਹੈ, ਸਾਰੀ ਇੰਡਸਟਰੀ ਬੰਦ ਹੈ ਔਰ ਤੁਹਾਨੂੰ ਵੀ ਜਿਹੜੇ ਤੁਸੀਂ ਆਪਣੇ ਰੁਜ਼ਗਾਰ ਕਮਾਉਂਦੇ ਹੋ ਉਹ ਤੁਹਾਨੂੰ ਮਿਲੇਗਾ ਨਹੀਂ। ਇਸ ਲਈ ਉਹ ਫਿਰ ਅਸੀਂ ਹਰ ਡਿਪਟੀ ਕਮਿਸ਼ਨਰ ਨੂੰ 1 ਕਰੋੜ ਰੁਪਇਆ ਦਿੱਤਾ ਹੈ ਕਿ ਕਿਸੇ ਨੂੰ ਕੋਈ ਗਰੀਬ ਹੈ, ਕਿਸੇ ਨੂੰ ਦਵਾਈ ਚਾਹੀਦੀ ਹੈ, ਕਿਸੇ ਨੂੰ ਰੋਟੀ ਨਹੀਂ ਮਿਲਦੀ, ਉਹ ਰੋਟੀ ਦਾ ਪ੍ਰਬੰਧ ਕਰ, ਉਹ ਪੈਸੇ ਤੁਹਾਨੂੰ ਦੇਣਗੇ ਤਾਂ ਕਿ ਤੁਸੀਂ ਆਪਣੇ ਟੱਬਰਾਂ ਵਾਸਤੇ ਔਰ ਆਪਣੇ ਵਾਸਤੇ ਤੁਸੀਂ ਰੋਟੀ ਦਾ ਪ੍ਰਬੰਧ ਕਰ ਸਕੋ। ਦੇਖੋ ਮੇਰੀ ਜ਼ਿੰਮੇਵਾਰੀ ਹੈ ਪੰਜਾਬ, ਤੁਸੀਂ ਮੈਨੂੰ ਪੰਜਾਬ ਦਾ ਪ੍ਰਬੰਧ ਸਾਂਭਿਆ ਔਰ ਫਿਰ ਮੇਰਾ ਡਿਊਟੀ ਬਣਦੀ ਹੈ ਕਿ ਮੈਂ ਆਪਣੇ ਪੰਜਾਬ ਦੇ ਵਿੱਚ ਇਹ ਬਿਮਾਰੀ ਨੂੰ ਆਉਣ ਨਾ ਦੇਵਾਂ। ਇਹਦੇ ਦੌਰਾਨ ਕਈ ਕਦਮ ਨੇ ਜਿਹੜੇ ਤੁਸੀਂ ਆਮ ਤੌਰ 'ਤੇ ਚੱਕਦੇ ਹੋ, ਜੈਸੇ ਲੋਕਲ ਬਾਡੀਜ਼ ਦਾ ਤੁਹਾਡਾ ਪਾਣੀ ਸੂਰਜ ਬਿੱਲ ਦੀ ਪੇਮੈਂਟ, ਇਹਨੂੰ ਅਸੀਂ ਡਿਫਰ ਕਰ ਰਹੇ ਹਾਂ 1 ਮਹੀਨੇ ਵਾਸਤੇ। ਤੁਸੀਂ ਤੁਹਾਨੂੰ ਜਾਣ ਦੀ ਲੋੜ ਨਹੀਂ ਕਿਤੇ ਪੈਸੇ ਪੂਸੇ ਦੇਣ ਵਾਸਤੇ, ਮਹੀਨੇ ਤੋਂ ਬਾਅਦ ਸਾਰੇ ਮਿਊਂਸਪਲ ਕਾਰਪੋਰੇਸ਼ਨ ਔਰ ਕੌਂਸਲਾਂ ਨੂੰ ਅਸੀਂ ਦੱਸ ਚੁੱਕੇ ਹਾਂ ਸਰ। ਦੇਸਰੀ ਪ੍ਰੋਪਰਟੀ ਟੈਕਸ ਹੈ 31 ਮਈ ਤੱਕ ਇਸ ਨੂੰ ਅਸੀਂ ਮੁਲਤਵੀ ਕੀਤਾ, ਤੁਸੀਂ ਉੱਥੇ ਜਾ ਕੇ ਬਾਅਦ 'ਚ ਭਰ ਸਕਦੇ ਹੋ। ਪਾਵਰ ਜੋ ਤੁਹਾਡੇ ਚਾਹੇ 1 ਮਹੀਨੇ ਦੇ ਜਾਂ 2.5 ਮਹੀਨੇ ਦੇ ਤੁਹਾਡੇ ਬਿੱਲ ਆਉਂਦੇ ਸੀ ਉਹ ਅਸੀਂ ਔਰ ਜਿਹੜੇ ਆਉਂਦੇ ਸੀ 20 ਤਰੀਕ ਨੂੰ ਤੁਹਾਨੂੰ ਭਰਨੇ ਪੈਂਦੇ ਸੀ ਉਹ ਅਸੀਂ 15 ਅਪ੍ਰੈਲ ਤਾਈਂ ਕਰ ਦਿੱਤਾ ਤਾਂ ਕਿ ਤੁਹਾਨੂੰ ਉੱਥੇ ਉਹਨਾਂ ਦੇ ਬਿਜਲੀ ਬੋਰਡ ਦੇ ਦਫ਼ਤਰ 'ਚ ਜਾਣ ਦੀ ਲੋੜ ਨਾ ਪਵੇ। ਇਹ ਤਕਰੀਬਨ 35 ਲੱਖ ਅਜਿਹੇ ਕੰਜ਼ੂਮਰ ਹੋਣਗੇ ਜਿਹਨਾਂ ਕੋਲ ਇਹ ਪਹੁੰਚੇਗੀ, ਕਿਉਂਕਿ ਇਹ ਸਿਰਫ 10,000 ਰੁਪਏ ਤੱਕ ਅਸੀਂ ਕੀਤਾ ਕਿ ਜਿਹਦਾ ਬਿੱਲ ਆਮ ਤੌਰ 'ਤੇ 10,000 ਰੁਪਏ ਹੁੰਦਾ ਉਹਦੇ ਥੱਲੇ ਥੱਲੇ ਤਕਰੀਬਨ 35 ਲੱਖ ਕੰਜ਼ੂਮਰ ਨੇ, ਉਹਨਾਂ ਨੂੰ ਇਹ ਤੋਂ ਰਾਹਤ ਮਿਲੇਗੀ। ਟੈਕਸ ਜਿਹੜੀ ਤੁਹਾਨੂੰ ਭਰਨੀਆਂ ਪੈਂਦੀਆਂ ਨੇ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ ਦੇ ਅਧੀਨ ਉਹ 13 ਅਪ੍ਰੈਲ ਤੱਕ ਅਸੀਂ ਇਹਨੂੰ ਲੈ ਗਏ ਹਾਂ। ਸਟੇਜ ਅਤੇ ਕੌਂਟਰੈਕਟ ਕੈਰੇਜ ਵਹੀਕਲਸ 100% ਐਗਜ਼ੈਂਪਸ਼ਨ ਅਸੀਂ ਮੋਟਰ ਵਹੀਕਲ ਟੈਕਸ ਦਾ ਇਸ ਪੀਰੀਅਡ ਵਾਸਤੇ ਅਸੀਂ ਦੇਵਾਂਗੇ ਤੁਹਾਨੂੰ ਅਤੇ ਨੋ ਕੋਈ ਪੈਨਲਟੀ ਨਹੀਂ ਚਾਰਜ ਹੋਏਗੀ WRT ਵਹੀਕਲਸ ਵਾਸਤੇ
ਜਿਹੜੇ ਆਪਣੇ ਰਿਨਿਊਲ ਵਾਸਤੇ ਜਾਂ ਪੈਸੇਜ ਵਾਸਤੇ 15 ਮਾਰਚ ਤੋਂ ਅਸੀਂ 15 ਅਪ੍ਰੈਲ ਤੱਕ ਇਸ ਨੂੰ ਲੈ ਗਏ। ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੂੰ ਪੀਨਲ ਇੰਟਰਸਟ ਪੈਂਦਾ ਸੀ ਅਗਰ ਉਹਨਾਂ ਨੇ ਆਪਣੀ ਫਸਲ ਦਾ ਜਮ੍ਹਾਂ ਨਹੀਂ ਕੀਤਾ ਆਪਣੇ ਮਾਰਚ ਔਰ ਅਪ੍ਰੈਲ ਦੇ ਵਿੱਚ, ਉਹਦਾ ਅਸੀਂ 20 ਅਪ੍ਰੈਲ ਤੱਕ ਅਸੀਂ ਇਸ ਨੂੰ ਮੁਲਤਵੀ ਕਰ ਰਹੇ ਹਾਂ ਪ੍ਰਾਇਮਰੀ ਐਗਰੀਕਲਚਰ ਕੋਆਪਰੇਟਿਵ ਸੋਸਾਇਟੀਜ਼ ਵਾਸਤੇ। ਹੁਣ ਕਿਸਾਨ ਇਸ ਜੋ ਉਹਨਾਂ ਨੂੰ ਆਪਣੀ ਰਕਮ ਦੇਣੀ ਪਏਗੀ ਉਹ 30 ਅਪ੍ਰੈਲ ਤੱਕ ਦੇ ਸਕਦੇ ਨੇ। ਅਸੀਂ ਜਿਹੜੀ ਰਾਬੀ ਦੀ ਜਿਹੜੀ ਫਸਲ ਆਉਣੀ ਸੀ ਆ ਰਹੀ ਹੈ ਉਹ 15 ਅਪ੍ਰੈਲ ਤੋਂ ਲੈ ਕੇ 15 ਜੁਲਾਈ ਤੱਕ ਤੁਸੀਂ ਆਪਣਾ ਇਹ ਰਕਮ ਦੇ ਸਕਦੇ ਹੋ। ਔਰ ਪੀਨਲ ਇੰਟਰਸਟ ਜੋ ਪੈਂਦਾ ਸੀ ਮਾਰਚ ਅਪ੍ਰੈਲ ਦੀ ਰਿਕਵਰੀ ਵਾਸਤੇ ਇਹਨੂੰ ਅਸੀਂ 31 ਜਨਵਰੀ ਤੱਕ ਲੈ ਜਾਵਾਂਗੇ ਅੱਗੇ ਨੂੰ। ਤੋ ਇਹ ਤਾਂ ਅਸੀਂ ਉਹ ਕੀਤਾ ਸੋਸ਼ਲ ਸਿਕਿਉਰਿਟੀ ਵਾਸਤੇ। ਮੈਂ ਜੈਸੇ ਕਹਿ ਚੁੱਕੇ ਹਾਂ ਕਿ ਅਸੀਂ ਦੋ ਮਹੀਨਿਆਂ ਦੀ ਅਸੀਂ ਉਹਨਾਂ ਨੂੰ ਆਪਣੇ ਬੁਢਾਪਾ ਪੈਨਸ਼ਨਾਂ ਵਗੈਰਾ ਸੋਸ਼ਲ ਪੈਨਸ਼ਨ ਜੋ ਹੈ ਉਹ ਅਸੀਂ 296 ਕਰੋੜ ਦੇ ਕੇ ਇਹਨੂੰ ਪੂਰਾ ਕਰ ਦਿੱਤਾ ਹੈ। ਔਰ 150 ਕਰੋੜ ਦੀ 1 ਅਪ੍ਰੈਲ ਨੂੰ ਤੁਹਾਨੂੰ ਆਪਣੇ ਅਕਾਊਂਟ 'ਚ ਮਿਲ ਜਾਏਗੀ। ਦੇਖੋ ਮੇਰੇ ਵੀਰ ਔਰ ਭੈਣੋ, ਦੁਨੀਆਂ ਦੇ ਵਿੱਚ ਇਹ ਬਹੁਤ ਭਿਆਨਕ ਬਿਮਾਰੀ ਹੈ। ਅਜਿਹੇ ਜਿਹੇ ਮੁਲਕ ਜਿਨ੍ਹਾਂ ਦੇ ਕੋਲ ਹਰ ਪੱਖੋਂ ਉਹਨਾਂ ਦਾ ਪ੍ਰਬੰਧ ਹੈ ਉੱਥੇ ਵੀ ਲੋਕ ਦਿਨ ਪਰ ਦਿਨ ਮਰ ਰਹੇ ਨੇ। ਅੱਜ ਵੀ ਇਟਲੀ ਦੀ ਖ਼ਬਰ ਹੈ ਕਿ 700 ਹੋਰ ਇੱਥੇ ਉੱਥੇ ਪੂਰੇ ਉਹਨਾਂ ਦੀ ਮੌਤਾਂ ਹੋ ਗਈਆਂ ਨੇ। ਪਤਾ ਨਹੀਂ ਕਿੰਨੇ ਹਜ਼ਾਰ ਤਾਈਂ ਉਹ ਗਏ ਨੇ, ਪਤਾ ਨਹੀਂ ਕਿੰਨੇ ਹਜ਼ਾਰ ਤੱਕ ਚਾਈਨੀਜ਼ ਗਏ ਨੇ ਜਾਂ ਹੋਰ ਮੁਲਕਾਂ ਦੇ ਵਿੱਚ ਜਾ ਰਹੇ ਨੇ। ਇਹ ਪੰਜਾਬ ਨੂੰ ਇਕੱਲੇ ਇਕੱਲੇ ਬੰਦੇ ਨੂੰ, ਇਕੱਲੇ ਇਕੱਲੇ ਮੇਰੀ ਭੈਣ ਨੂੰ ਔਰ ਮੇਰੇ ਵੀਰ ਨੂੰ ਇਕੱਠਾ ਹੋਣਾ ਪਊ, ਇੱਕ ਪ੍ਰਬੰਧ ਆਪਾਂ ਨੂੰ ਕਰਨਾ ਪਊ ਸਾਰਿਆਂ ਨੂੰ ਰਲ ਕੇ, ਸਰਕਾਰ ਨੂੰ, ਆਮ ਸਾਡੇ ਜੋ ਪੰਜਾਬੀ ਰਹਿੰਦੇ ਨੇ ਜਾਂ ਜੋ ਵੀ ਪੁਲਿਸ ਫੋਰਸ ਹੈ ਜੋ ਵੀ ਹੈ, ਸਾਨੂੰ ਇਹ ਲੜਾਈ ਆਪਣੀ ਜਾਨ ਦੀ ਲੜਾਈ ਸਮਝ ਕੇ ਲੜਨੀ ਪਊ ਸਾਨੂੰ। ਆਪਾਂ ਆਪਣੇ ਬੱਚਿਆਂ ਨੂੰ ਬਚਾਉਣਾ, ਆਪਣੇ ਸੂਬੇ ਨੂੰ ਬਚਾਉਣਾ। ਤਾਂ ਹੀ ਮੈਨੂੰ ਇਹ ਕੜਾ ਕਦਮ ਚੱਕਣਾ ਪਿਆ। ਮੈਂ ਆਸ ਕਰਦਾ ਕਿ ਤੁਸੀਂ ਇਹਦੇ ਨਾਲ ਇਸ ਕਦਮ 'ਚ ਮੇਰਾ ਸਾਥ ਦਿਓਗੇ ਔਰ ਆਪਣੇ ਆਪਣੇ ਘਰਾਂ 'ਚ ਰਹੋਗੇ। ਹੱਥ ਧੋ, ਤੁਹਾਨੂੰ ਦੱਸਿਆ ਹੋਇਆ ਬਾਰ ਬਾਰ ਹੱਥ ਧੋ, ਬਾਰ ਬਾਰ ਤੁਸੀਂ ਕਿਸੇ ਨੂੰ ਇਹੋ ਜਿਹੇ ਬੰਦੇ ਨੂੰ ਨਾ ਮਿਲੋ ਜਿੱਥੇ ਜਿਹੜਾ ਬਾਹਰੋਂ ਆਇਆ ਹੋਏ। ਔਰ ਇਹ ਮੈਨੂੰ ਕਰਨਾ ਪਿਆ, ਮੈਂ ਤੁਹਾਨੂੰ ਇਹ ਵੀ ਕਾਰਨ ਦੱਸਦਾ ਕਿ ਪਿਛਲੇ 10 ਦਿਨਾਂ 'ਚ 40,000 ਪੰਜਾਬੀ ਬਾਹਰਲੇ ਮੁਲਕਾਂ ਤੋਂ ਜਿੱਥੇ ਇਹ ਕੋਰੋਨਾ ਵਾਇਰਸ ਚੱਲ ਰਹੀ ਹੈ ਉੱਥੋਂ ਦਿੱਲੀ ਪਾਲਮ ਏਅਰਪੋਰਟ 'ਚ ਪਹੁੰਚ ਕੇ ਉੱਥੋਂ ਪੰਜਾਬ ਦੇ ਵਿੱਚ ਆਇਆ। ਹੁਣ ਪਤਾ ਨਹੀਂ ਕਿਹਨੂੰ ਇਹਦੀ ਇਨਫੈਕਸ਼ਨ ਹੈ, ਕਿਹਨੂੰ ਇਹਦੀ ਇਨਫੈਕਸ਼ਨ ਨਹੀਂ ਹੈ। ਇਸ ਕਰਕੇ ਇਹ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਜਿਹੜੇ ਬੰਦੇ ਆਏ ਨੇ ਉਹਨਾਂ ਤੋਂ ਦੂਰ ਰਹੋ, ਉਹ ਵੀ ਆਪਣੇ ਸੈਲਫ ਕੁਆਰੰਟੀਨ ਦੇ ਵਿੱਚ ਰਹਿਣ। ਅਗਰ ਉਹਨਾਂ ਨੂੰ ਕੋਈ ਇਹੋ ਜਿਹੀ ਸ਼ਿਕਾਇਤ ਆਉਂਦੀ ਹੈ, ਕੋਈ ਜ਼ੁਕਾਮ ਦੀ ਜਾਂ ਗਲਾ ਖਰਾਬ ਦੀ ਜਾਂ ਕੋਈ ਬਦਨ ਦਰਦ ਦੀ ਜਾਂ ਕੋਈ ਬੁਖਾਰ ਦੀ, ਆਪਣੇ ਡਾਕਟਰਾਂ ਨੂੰ ਮਿਲੋ। ਸਾਡੀ ਸਰਕਾਰੀ ਮਹਿਕਮੇ ਹਰ ਵੇਲੇ ਹਰ ਘਰ ਦੇ ਵਿੱਚ ਜਾ ਰਹੇ ਨੇ, ਸਾਡੇ ਲੋਕ ਪੁੱਛ ਰਹੇ ਨੇ ਜੋ ਕੁਛ ਹੈ, ਸਾਡੇ ਡਾਕਟਰ, ਸਾਡੇ CMO। ਮੈਂ ਸਮਾਂ ਪੂਰੇ ਹੈਲਥ ਡਿਪਾਰਟਮੈਂਟ ਦਾ ਬੜਾ ਧੰਨਵਾਦੀ ਹਾਂ ਜਿਸ ਤਰੀਕੇ ਨਾਲ ਇਹ ਕੰਮ ਕਰ ਰਹੇ ਨੇ। ਸਾਰੀ ਪੰਜਾਬ ਸਰਕਾਰ ਇਸ 'ਤੇ ਤੁਰੀ ਹੋਈ ਹੈ, ਡਿਪਟੀ ਕਮਿਸ਼ਨਰ ਤੋਂ ਲੈ ਕੇ ਨੀਚੇ ਤੱਕ ਉਹਨਾਂ ਦੇ ਸਾਰੇ ਅਫਸਰਾਂ, ਸਾਰੇ ਉਹਨਾਂ ਦੇ ਮੁਲਾਜ਼ਮ ਬਿਲਕੁਲ ਇਸ ਕੰਮ 'ਚ ਲੱਗੇ ਨੇ। ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ ਔਰ ਸਾਰੇ ਪੰਜਾਬ ਦਾ ਜੋ ਮੇਰੇ ਆਖੇ ਲੱਗ ਕੇ ਇਸ ਗੱਲ ਨੂੰ ਸਿਰੇ ਚੜਾਵਾਂਗੇ ਕਿ ਇਹ ਬਿਮਾਰੀ ਸਾਡੇ ਪੰਜਾਬ ਦੇ ਸੂਬੇ ਤੋਂ ਦੂਰ ਰਹੇ।